अच्छा ठड़दर साहब चलो आप गल करते हैं, बापू जी उन्होंने आके कहता बौल्द बेचे तो वह बंद ने टोंच करती, तो फिर तुम बौल्द ज ट्रैक्टर किमें फिर की लिया? फिर लिया जी एंटर ट्रैक्टर लिया, पैसे पूसे कट्ठे करके चलो वे खेतीबाड़ी चलती रही, तनखा अपनी आदि रही। पर असी 2003 दे विच इत्थे साडे नाल ही नहीं वो बंदे ने ट्रैक्टर लैंदा, फिर बापू होनी तां रौला पाउंदे सी बलद भी लैणे आ। बलद फिर उदों लैंदे नाल ही लैंदी जोड़ी थोड़ी जी, ओह खेती खूती करन नूं जिहड़े आडा उडा पाउण वास्ते देसी जे लै आंदे भई हां चलो कम्म चल पवे ट्रैक्टर लै लिया नहीं उदों तों बाद। अच्छा हुण तां फेर लियाउणे पै गए, दूजे तीजे दिन ही लैंदे फिर। अच्छा पर भजाउण दा नहीं सी कोई उदों ही, फिर ट्रैक्टर लै लिया भी चलो नाल खेतीबाड़ी वाले लै लो हल्के लै लो। फिर असी 2003 च कुछ जमीन लई सीगी इत्थे 7-8 किले जमीन दे साडे पिंड ही। अच्छा। लै लई सी उहदी रजिस्ट्री करा के वापस मुड़े आउंदे सी। अच्छा जी ते खन्ने बच्चे आए हुए सीगे। अच्छा कि मैं चल देख लईए हुण कोई वधिया इहनां चों वी बच्चा देखिया आ जिहड़ा हैगा आ बैड़ा। अच्छा जी 3-4 बंदिआं ने खोल खोल के देखिया है। अच्छा इह ना किसे दे हत्थ च ना रहे चलो मैं सौदा कर लिया जी 1300 रुपये। जमीन किन्ने नूं किला लई सी? जमीन उदों लई 5.5 नूं। 5.5 लाख चलो ये तैयार ਤੁਸੀਂ ਘਰੇ ਲਿਆਂਦਾ ਤਿਆਰ ਕਰ ਲਿਆ ਹਾਂ ਘਰੇ ਸਾਰੇ ਭਰਾਵਾਂ ਨੂੰ ਹੀ ਸ਼ੌਂਕ ਸੀ ਪਹਿਲਾਂ ਤੋਂ ਹੀ ਨਹੀਂ ਸ਼ੌਂਕ ਨਹੀਂ ਸੀਗਾ ਪਹਿਲਾਂ ਤੋਂ ਹੀ ਉਹ ਨਹੀਂ ਸੀ ਚਲੋ ਇਹ ਲਿਆਂਦਾ ਜਦੋਂ ਹਾਂਜੀ ਅੰਦਾ ਹੌਲੀ ਹੌਲੀ ਘੁਮਾ ਘੁਮੂ ਕੇ ਦੇਖਿਆ ਹਾਂਜੀ ਤੇ ਇੱਕ ਸਾਡੇ ਘਰ ਦਾ ਬਲ ਪਹਿਲਾਂ ਹੋਰ ਸੀਗਾ ਬੱਗਾ ਜਿਹਾ ਬੱਚਾ। ਅੱਛਾ ਜੀ ਉਹਦੇ ਨਾਲ ਗੇੜਾ ਲਾ ਕੇ ਇੱਥੋਂ ਜਦ ਇੱਥੋਂ ਇੱਕ ਠੋਕਰ ਲੱਕੜ ਦੀ ਠੋਕਰੇ ਹੁੰਦੀ ਸੀ। ਅੱਛਾ ਜੀ ਤੇ ਰਹਿੰਦੇ ਅਸੀਂ ਦੂਜੇ ਪਾਸੇ ਸੀਗੇ ਇੱਧਰਲੇ ਪਾਸੇ ਸਾਡਾ ਡੰਗਰਾਂ ਵਾਲਾ ਹੀ ਉਹ ਸੀਗਾ। ਅੱਛਾ ਜੀ ਲੱਕੜ ਦੀ ਠੋਕਰ ਨੂੰ ਘਰ ਵਾਲੇ ਡੰਗਰ ਉਹਦੇ ਨਾਲ ਬਲ ਦੇ ਨਾਲ ਜੋੜ ਕੇ ਜਦੋਂ ਲੈ ਕੇ ਗਏ ਹਾਂਜੀ ਦੂਜੇ ਪਾਸੇ ਇੱਕ ਨਾ ਸਾਡੇ ਉਹ ਕਹਿੰਦੇ ਹੁੰਦੇ ਨੇ ਵੀ ਚੰਗੇ ਹੁੰਦੇ ਨੇ ਮੱਥੇ ਲੱਗਣੇ ਸਵੇਰੇ ਸਵੇਰੇ ਦੋਏ ਮਜ਼ਬੀਆਂ ਦਾ ਜੋੜਾ ਆਇਆ ਤੁਰਿਆ। ਜੋੜਾ ਕਿਵੇਂ? ਮੀਆਂ ਬੀਬੀ ਮੀਆਂ ਬੀਬੀ ਦੋਏ। ਅੱਛਾ ਜੀ ਉਹ ਤੁਰੇ ਆਏ ਉਹ ਆਉਂਦੀ ਉਹ ਇਹਨੇ ਉਹ ਕਹਿੰਦੇ ਹੁਣ ਚੱਲ ਨਾਂ ਲੈਣਾ ਮਜ਼ਬੀ ਸਿੱਖਾਂ ਦਾ ਹੀ ਇਹਦਾ ਤੇ ਆਉਂਦੇ ਤੇ ਸਫਾਈ ਕਰਨ ਵਾਸਤੇ ਉਹ ਆ ਕੇ ਗੱਡੀ ਦੇ ਉੱਤੇ ਬੈਠ ਗਿਆ ਤੇ ਮੈਨੂੰ ਸਾਡਾ ਲਾਣਦਾਰ ਕਹਿੰਦਾ ਲੈ ਵੀ ਸਾਗਨ ਤਾਂ ਚੰਗੇ ਹੋਏ ਨੇ ਗਾਹਾਂ ਦੇਖੀ ਜਾਓ ਕੀ ਬਣਦਾ ਕਹਿੰਦਾ ਬਈ ਗੱਡੀ ਤੇ ਬਹਿ ਗਿਆ ਗੱਡੀ ਤੇ ਬਹਿ ਗਿਆ। ਅੱਛਾ ਇੱਕ ਗੱਲ ਹੋਰ ਆ ਸਰਪੰਚ ਸਾਹਿਬ ਹਾਂਜੀ ਇਹ ਗੱਡੀ ਤੇ ਬਹਿਣਾ ਚੰਗਾ ਹੁੰਦਾ ਕਈ ਬੰਦੇ ਤਾਂ ਟੋਕ ਦਿੰਦੇ ਆ ਵੀ ਯਾਰ ਬਹਿ ਗਿਆ ਗੱਡੀ ਤੇ ਆ ਕੇ ਹੁਣ ਦੀ ਤੇ ਆਪਾਂ ਜਿਹੜੀ ਹੁਣ ਦੀ ਗੱਲ ਕਿਉਂਕਿ ਅੱਜ ਵੀ ਆਪਾਂ ਨੂੰ ਪਤਾ ਵੀ ਗੱਡੀ ਤੇ ਉਦੋਂ ਬਹਿਣਾ ਚੰਗਾ ਮੰਨਦੇ ਸੀ ਬਜ਼ੁਰਗ ਪਰ ਹੁਣ ਗੱਡੀ ਤੇ ਤੁਹਾਡੀ ਤੇ ਕੋਈ ਹੱਥ ਵੀ ਲਾ ਜਵੇ ਉਹਨੂੰ ਤਾਂ ਖਤਮ ਹੁਣ ਵਹਿਮ ਵੱਧ ਪੈ ਗਿਆ ਨਾ ਜਦ ਬਹਿ ਨਹੀਂ ਇਹ ਗੱਲ ਬਜ਼ੁਰਗਾਂ ਦੇ ਤਜਰਬੇ ਕੀਤੇ ਆ ਚਲੋ ਵੈਸੇ ਤਾਂ ਪਰਮਾਤਮਾ ਨਹੀਂ ਕਰਨਾ ਜੀ ਇਹ ਗੱਲ ਪਤਾ ਕੀ ਆ ਗੱਲ ਇਹ ਸੀ ਵੀ ਜਿਵੇਂ ਹੁਣ ਉਹ ਮਜ਼ਬੀ ਸਿੰਘ ਸੀ ਹਾਂਜੀ ਉਹਦਾ ਵਹਿਮ ਨਹੀਂ ਕੀਤਾ ਵੀ ਆ ਕੇ ਗੱਡੀ ਤੇ ਬਹਿ ਗਿਆ ਨਹੀਂ ਉਹ ਤਾਂ ਸ਼ਗਨ ਮਨਾਇਆ ਉਹ ਸ਼ਗਨ ਮਨਾਇਆ ਆਪਾਂ ਕਹਿੰਦਾ ਵੀ ਜਿਵੇਂ ਮੱਥਾ ਲਾ ਕੇ ਇਸੇ ਕੰਮ ਆਪਾਂ ਚੱਲਿਆ ਕੋਈ ਮਜ਼ਬੀ ਸਿੰਘ ਆਪਣੇ ਮੱਥੇ ਲੱਗਦਾ ਤਾਂ ਚੰਗਾ ਹੈ ਚੰਗਾ ਹੁੰਦਾ ਤਾਂ ਚੰਗਾ ਹੁੰਦਾ ਜਿਵੇਂ ਕਹਿੰਦੇ ਨੇ ਵੀ ਇਹ ਹੁਣ ਉਹ ਗੱਲ ਸਾਰੀ ਦੂਰ ਵਗ ਜਾਣੀ ਆ ਇਸ ਤਰ੍ਹਾਂ ਜਿਹੜਾ ਮਜ਼ਬੀ ਹੁੰਦਾ ਹਾਂਜੀ ਇਹ ਜਾਨੀ ਮੱਥੇ ਲੱਗਿਆ ਚੰਗਾ ਹੁੰਦਾ ਚੰਗਾ ਹੁੰਦਾ ਇਸ ਕਰਕੇ ਜੇ ਉਹ ਗੱਡੀ ਤੇ ਵੀ ਬਹਿ ਗਿਆ ਹੋ ਸਕਦਾ ਉਹਦੇ ਬੈਠਣ ਕਰਕੇ ਹੀ ਇੱਥੇ ਚਲਿਆ ਗਿਆ ਚਲੋ ਕਰਨਾ ਤਾਂ ਪਰਮਾਤਮਾ ਨੇ ਕਰਨਾ ਪਰਮਾਤਮਾ ਨੇ ਅੱਛਾ ਜੀ ਉਹ ਬਾਪੂ ਕਹਿੰਦਾ ਵੀ ਚੱਲਣ ਵਧੀਆ ਹੋ ਗੇੜਾ ਦੇਣ ਚਲੇ ਗਏ ਉਹਦੇ ਨਾਲ ਹੀ ਹਾਂਜੀ ਬੱਚਾ ਇਹ ਭੱਜਿਆ ਬਹੁਤ ਉਹਦੇ ਬੜੇ ਨਾਲੋਂ ਵੀ ਵੱਧ ਭੱਜਿਆ ਅੱਛਾ ਵੱਧ ਭੱਜਿਆ ਚਲੋ ਇਹਦੀ ਸੇਵਾ ਸੂਵਾ ਸ਼ੁਰੂ ਕਰਤੀ ਸਾਡੇ ਨਾਲ ਇੱਥੇ ਫਿਰ ਨਾਲ ਦੇ ਜਿਹੜੇ ਭਜਨ ਸਿੰਘ ਰੌਣੀ ਨੇ ਹਾਂਜੀ ਇੱਕ ਸ਼ੇਰ ਸਿੰਘ ਟੌਂਸਾ ਚਾਪਕ ਰਹੇ ਨੇ ਬਹੁਤ ਵਧੀਆ ਹਾਂਜੀ ਇਹ ਉਹਨਾਂ ਦੀ ਨਿਗਾਹ ਥਾਂ ਹੀ ਕਢਾਇਆ ਉਹਨਾਂ ਤੋਂ ਹਕਾਇਆ ਵੀ ਫਿਰ ਇੱਥੇ ਹੀ ਅੱਛਾ ਪਿੰਡ ਦੇ ਵਿੱਚ ਜ਼ਿਆਦਾ ਜੇ ਕਿਸੇ ਖੇਡ ਤੇ ਨਹੀਂ ਲੈ ਕੇ ਗਏ ਅੱਛਾ ਉਹ ਭਜਨ ਸਿੰਘ ਰੌਣੀ ਕਹਿੰਦੇ ਵੀ ਉਹਨੇ ਹੱਕ ਕੇ ਦੇਖ ਲਿਆ ਕਹਿੰਦੇ ਬੈੜਾ ਤੇਰਾ ਪੂਰਾ ਕਾਮਯਾਬ ਆ ਤੇ ਸ਼ੌਂਕ ਤੁਹਾਨੂੰ ਇਹ ਸੀ ਕਿ ਬਾਕੀ ਭਰਾਵਾਂ ਨੂੰ ਵੀ ਸੀਗਾ ਬਾਕੀ ਤਾਂ ਫਿਰ ਹੌਲੀ ਹੌਲੀ ਜਦੋਂ ਇਹ ਰੱਖਿਆ ਫਿਰ ਘੁਮਾਉਣ ਤਾਂ ਜ਼ਿਆਦਾ ਇਹ ਜਾਂਦੇ ਰਹੇ ਮੈਂ ਤਾਂ ਡਿਊਟੀ ਹੁੰਦਾ ਸੀਗਾ ਇਹ ਲੋਕ ਆਥਣ ਤੜਕੇ ਸਵੇਰੇ ਘਰੋਂ ਜਾਣਾ ਇਹ ਸ਼ਾਮ ਨੂੰ ਆ ਜਾਣਾ ਤੇ ਇਹੀ ਖੋਲ ਕੇ ਲੈ ਕੇ ਜਾਂਦੇ ਸੀ ਫਿਰ ਮੈਂ ਤਾਂ ਡਿਊਟੀ ਚੱਲ ਜਾਂਦਾ ਸੀ ਹਾਂਜੀ ਤੇ ਉਹਨਾਂ ਤੋਂ ਜਦੋਂ ਹਕਾ ਕੇ ਦੇਖਿਆ ਭਜਨ ਸਿੰਘ ਰੌਣੀ ਤੋਂ ਕਹਿੰਦਾ ਵੀ ਵਧੀਆ ਬਲਦ ਕਰਕੇ ਜੋੜੀ ਕੋਈ ਅੱਛਾ ਮਾ ਤੇਰਾ ਜਿੱਤ ਜੂਗਾ ਹਾਂ ਤੇ ਬਿੱਲਾ ਨਸਰਾਲੀ ਇੱਕ ਸਾਡੇ ਇਹ ਚਾਪਕ ਹੁੰਦਾ ਸੀਗਾ ਅੱਛਾ ਜੀ ਸਾਡੇ ਪਿੰਡ ਦੇ ਹੀ ਨੇ ਇੱਥੇ ਟੌਂਸੇ ਤੋਂ ਪਿੰਡ ਆ ਕੇ ਰਹੇ ਹੋਏ ਨੇ ਸਰ ਦਰਬਾਰਾ ਸਿੰਘ ਹੋਣੀ ਉਹਨਾਂ ਦੇ ਬੱਚੇ ਦੇ ਨਾਲ ਨਾ ਅਸੀਂ ਜੋੜਿਆ ਪਹਿਲੀ ਖੇਡ ਲਾਈ ਲਸਾੜੇ ਇਹਦੇ ਨਾਲ ਅੱਛਾ ਜੀ ਜਿੱਤਦੇ ਹੁੰਦੇ ਸੀ ਉਦੋਂ ਸ਼ਾਮ ਸਿੰਘ ਚਾਪੜੇ ਦਾ ਬਲਦ ਤੇ ਇੱਕ ਉੱਥੇ ਆ ਬਾਹਰ ਸੀਗਾ ਇਹ
ਟਾਰੀ ਉਹਨਾਂ ਦਾ ਬੌੜਾ ਹੀ ਬੌੜਾ ਉਹਨਾਂ ਦਾ ਨੀ ਸੀਗਾ ਹੋਰ ਪਿੰਡ ਚੋਂ ਭੱਜਦਾ ਸੀ ਚੱਪੇ ਚ ਸਿੰਘਾਂ ਵਾਲਾ ਬੌੜਦਾ ਅੱਛਾ ਜੀ ਪਿੰਡ ਚੋਂ ਭੱਜਦਾ ਸੀ ਉਹ ਇਹ ਲਸਾੜੇ 24 ਨਾਲ ਜਿੱਤ ਹੋਈ ਇਹ 26 ਨਾਲ ਟਾਈਮ ਲਾ ਗਏ ਛੋਟੇ ਛੋਟੇ ਸੀਗੇ ਬੱਚੇ ਜਮਾ ਹੀ ਲੋਕਾਂ ਨੇ ਹਾਂਜੀ ਪਹਿਲੀ ਖੇਡ ਪਹਿਲੀ ਖੇਡ ਹਾਂ ਇੰਨੀਆਂ ਤਾੜੀਆਂ ਮਾਰੀਆਂ ਲੋਕਾਂ ਨੇ ਇੰਨੀ ਜਾਣੀ ਸਾਨੂੰ ਤਾਂ ਖੁਸ਼ੀ ਉਹਨਾਂ ਦੀ ਬਹੁਤ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਚਲੋ ਜੀ ਫੇਰ ਉਦੋਂ ਬਾਅਦ ਚ ਅਸੀਂ ਜਾਣ ਲੱਗੇ ਦਲੀਪ ਸਿੰਘ ਟੌਂਸਾ ਸੀਗਾ ਉਹਨਾਂ ਦੇ ਨਾਲ ਹੀ ਉਹਨਾਂ ਨੇ ਕਿਲਿਆ ਸੀਗਾ ਬੜਾ ਸਮਾਣੇ ਤੋਂ ਤਾਰੇ ਸਮਾਣੇ ਤੋਂ ਅੱਛਾ ਜੀ ਉਹਨਾਂ ਦੇ ਨਾਲ ਦੋ ਤਿੰਨ ਖੇਡਾਂ ਲਾਈਆਂ ਚਲੋ ਅਸੀਂ ਕੁਛ ਨਾ ਕੁਛ ਨੇੜੇ ਲੱਗਣ ਲੱਗ ਗਏ ਅੱਛਾ ਜੀ ਫੇਰ ਇਹ ਬਹੁਤ ਚੜ ਗਿਆ ਮਿੱਠੂ ਗਿਆਨੀ ਸੀਗਾ ਮੁੱਲਾਪੁਰ ਦਾ ਉਹਦੀ ਨਿਗਾਹ ਚ ਅੱਛਾ ਉਹਨੇ ਇਹ ਜੋੜਿਆ ਛਪਾਰ ਲਿਜਾ ਨਾ ਉੱਥੇ ਜਾ ਕੇ ਚੰਨੋ ਜਾ ਕੇ ਗਿਆਰਵਾਂ ਬਣਿਆ ਸਾਨੂੰ ਝੁੱਲ ਮਿਲ ਗਿਆ ਉੱਥੇ ਬਹੁਤ ਖੁਸ਼ੀ ਹੋਈ ਬਾਗੋ ਬਾਗ ਹੋ ਗਏ ਝੁੱਲ ਮਿਲੇ ਹਾਂਜੀ ਹਾਂਜੀ ਇੱਕ ਨਾ ਲਾਲਾ ਰੱਖੇ ਲਾਲਾ ਰੱਖੇ ਬਾਬੇ ਉਹ ਵੀ ਚੰਨੋ ਵਾਲੇ ਤੋਂ ਉਦੋਂ ਪੰਜ ਕੁ ਦਿਨ ਬਾਅਦ ਖੇਡ ਆ ਗਈ ਫਿਰ ਛਪਾਰ ਅੱਛਾ ਜੀ ਫਿਰ ਉਹ ਇਹੀ ਬਾਲਦ ਉਹਨੇ ਜੋੜਿਆ ਜਿਹੜਾ ਛਪਾਰੀਆ ਬਾਅਦ ਚ ਢਾਬਾ ਬਾਲਦ ਮਸ਼ਹੂਰ ਹੋਇਆ ਬਹੁਤ ਢਾਬੇ ਵਾਲੇ ਇਹਦਾ ਬਾਪੂ ਦਾ ਬਲਵੀਰ ਸਿੰਘ ਢਾਬੇ ਵਾਲਾ ਦਾ ਹਾਂਜੀ ਉਹਦਾ ਉਹਦੇ ਨਾਲ ਸਾਡਾ ਚੌਥਾ ਨੰਬਰ ਬਣ ਗਿਆ ਉੱਥੇ ਫਿਰ ਹੋਰ ਖੁਸ਼ੀ ਲਾਗੇ ਨੇੜੇ ਨੇੜੇ ਉਹ ਠੀਕ ਆ ਨਾ ਮੈਂ ਹੁੰਦਾ ਸੀਗਾ ਇਹ 2005 ਦੀ 4 ਦੇ 11ਵੇਂ ਦੀ ਗੱਲ ਆ 2004 ਦੇ ਡੀ ਐਸ ਪੀ ਹੁੰਦਾ ਸੀ ਸਾਹਨੇ ਵਾਲ ਬਰਜਿੰਦਰ ਸਿੰਘ ਢਿੱਲੋਂ ਅੱਛਾ ਜੀ ਉਹਦੇ ਨਾਲ ਉਹ ਹੁਣ ਜਦੋਂ ਕਿਤੇ ਜਾਣਾ ਮੈਡਮ ਤਾਂ ਸਾਡੇ ਮੈਂ ਕਿ ਜਾਣਾ ਤਾਂ ਦੱਸ ਪੁੱਛ ਕੇ ਪੈਂਦਾ ਤਾਂ ਦੂਜੇ ਚੌਥੇ ਦਿਨ ਜਾਣ ਦੀ ਆਦਤ ਪੈ ਗਈ ਉਹ ਮੈਨੂੰ ਹਾਕ ਮਾਰ ਕੇ ਕਹਿੰਦਾ ਯਾਰ ਦੂਜੇ ਚੌਥੇ ਦਿਨ ਕਿੱਥੇ ਕਿਤੇ ਰਹਿ ਜਾਂਦਾ ਕੀ ਗੱਲ ਹੈਗੀ ਹੈਗਾ ਜੱਟ ਬੰਦਾ ਸੀ ਉਹ ਉੱਥੇ ਦਾ ਬਰਨਾਲੇ ਦੇ ਕੋਲੇ ਪਿੰਡ ਆ ਦੂਜੇ ਤੀਜੇ ਦਿਨ ਫਰਲੋ ਮਾਰ ਜਾਂਦਾ ਵੀ ਗੱਲ ਕੀ ਆ ਪੁਲਿਸ ਨੇ ਤਾਂ ਸ਼ੱਕ ਨਾਲ ਹੀ ਦੇਖਣਾ ਹੁੰਦਾ ਹਾਂਜੀ ਹਾਂਜੀ ਭੱਦਲ ਵੱਢ ਪਿੰਡ ਦਾ ਬਰਨਾਲੇ ਦੇ ਕੋਲ ਅੱਛਾ ਜੀ ਚਲੋ ਉਹਨਾਂ ਨੂੰ ਮੈਂ ਦੱਸਿਆ ਮੈਂ ਜੀ ਬੱਚਾ ਇੱਕ ਪਾਲਿਆ ਜੱਟ ਬੰਦਾ ਸੀ ਪਾਲਿਆ ਉਹਨੂੰ ਭਜਾ ਭਜੂ ਕੇ ਦੇਖਦੇ ਆ ਕਹਿੰਦਾ ਕਿੱਥੇ ਇੱਕ ਗੱਲ ਖੜੀ ਆ ਅੱਜ ਚੌਥਾ ਨੰਬਰ ਹੋਇਆ ਜੇ ਕੋਈ ਬਹੁਤ ਵਧੀਆ ਜੁੜ ਜਾਵੇ ਤਾਂ ਜਿੱਤ ਵੀ ਸਕਦਾ ਚੰਗਾ ਕਹਿੰਦਾ ਫਿਰ ਵਧੀਆ ਕਿਹਦੇ ਕੋਲ ਆ ਆਪਣੇ ਇੱਥੇ ਬਿੱਟੂ ਕੂਮ ਕੋਲੇ ਮੈਂ ਜਾਣਦਾ ਨੀ ਸੀ ਜ਼ਿਆਦਾ ਜੀ ਬਿੱਟੂ ਨੂੰ ਹਾਂ ਬਿੱਟੂ ਨੂੰ ਅੱਛਾ ਵਧੀਆ ਉਹਨਾਂ ਦੇ ਕੋਲੇ ਆ ਤੇ ਕੁਦਰਤੀ ਨਾ ਇੰਦਰਜੀਤ ਸਿੰਘ ਐਸ ਐਚ ਓ ਲੱਗਿਆ ਹੋਇਆ ਸੀਗਾ ਕੂਮ ਕਲਾ ਉਹ ਵੀ ਉੱਥੇ ਆਇਆ ਹੋਇਆ ਸੀਗਾ ਅੱਛਾ ਜੀ ਉਹ ਭਾਈ ਮੈਨੂੰ ਬੁਲਾ ਕੇ ਉਹ ਜਿਪ ਸਾਹਿਬ ਉਹਨੂੰ ਕਹਿੰਦੇ ਵੀ ਐਸ ਐਚ ਓ ਸਾਹਿਬ ਇੱਕ ਆ ਸਾਡੇ ਮੁੰਡੇ ਦਾ ਕੰਮ ਕਰਕੇ ਦੇ ਤੁਹਾਡੇ ਉੱਥੇ ਇੱਕ ਬਹੁਤ ਭਜਦਾ ਉਹਨੂੰ ਕਹਿ ਇਹਦੇ ਨਾਲ ਜੋੜੇ ਉਹ ਅੱਛਾ ਜੱਟ ਬੰਦਾ ਸੀ ਉਹਨੂੰ ਤਾਂ ਕਰਕੇ ਕਿਹਾ ਨਹੀਂ ਕੋਈ ਹੋਰ ਹੁੰਦਾ ਉਹਨੇ ਕਿਹਨੇ ਕਹਿਣਾ ਸੀਗਾ ਚਲੋ ਭਾਈ ਤੁਹਾਡਾ ਕੰਮ ਉਦੋਂ ਵੀ ਸੂਤ ਆ ਗਿਆ ਬਈ ਫੜ ਲਓ ਵੀ ਵੱਜਣ ਲੱਗ ਗਈ ਤੇ ਬੌਲਦ ਵੀ ਸੂਤ ਆ ਗਿਆ ਯਾਨੀ ਪੁਲਿਸ ਵਾਲਾ ਕੰਮ ਆ ਗਿਆ ਇੱਥੋਂ ਹੋਇਆ ਹਾਂਜੀ ਚਲੋ ਜੀ ਮੈਂ ਫਿਰ ਤੜਕੇ ਹੀ ਚਲਿਆ ਗਿਆ ਮੈਂ ਉੱਥੇ ਕੂਮ ਕਲਾਂ ਚਲਿਆ ਗਿਆ ਪੁਲਿਸ ਨਾਲ ਲੈ ਕੇ ਨਾ ਨਾ ਆਪ ਹੀ ਚਲਿਆ ਗਿਆ ਫਿਰ ਵਰਦੀ ਪਾ ਕੇ ਕਿੱਥੋਂ ਨਹੀਂ ਨਹੀਂ ਉਦਾਂ ਹੀ ਗਿਆ ਮੈਂ ਇੰਦਰਜੀਤ ਨੂੰ ਮਿਲਿਆ ਸੱਚੂ ਸਾਹਿਬ ਉਹਨੇ ਕਿਤੇ ਬੰਦੇ ਭੇਜ ਤੇ ਪਹਿਲਾਂ ਹੀ ਤੇ ਬਿੱਟੂ ਨੂੰ ਬੁਲਾ ਕੇ ਲਿਆ ਵੀ ਬਿੱਟੂ ਉੱਥੇ ਬੁਲਾਇਆ ਮੜਾ ਥਾਣੇ ਥਾਣੇ ਬੁਲਾਇਆ ਕੀ ਗੱਲ ਹੋਈ ਤੇ ਉਹਨਾਂ ਨੇ ਪਹਿਲਾਂ ਤਾਂ ਬਹਾਨਾ ਲਾਇਆ ਬਿੱਟੂ ਦਾ ਖੇਡ ਤੇ ਗਿਆ ਹੋਇਆ ਇੱਥੇ ਨੀ ਆ ਕਿਤੇ ਹੋਰ ਗਿਆ ਉਹ ਬਹਾਨਾ ਹੀ ਲਾਉਂਦਾ ਕਿਹਦਾ ਭੀਮਾ ਸੇੜੀ ਵਾਲਾ ਵੀ ਨਾਲ ਪੁਲਿਸ ਦੇ ਆ ਗਿਆ ਸੀ ਉਦੋਂ ਵੀ ਮੇਰੇ ਬਿੱਟੂ ਨੇ ਬਹਾਨਾ ਹੀ ਲਾਇਆ ਉਹ ਦੱਸਦਾ ਸੀ ਹਨੀ ਤੇ ਜਿੱਦਣੇ ਅਸੀਂ ਗਏ ਕਹਿੰਦੇ ਭੀਮਾ ਸੇੜੀ ਵਾਲਾ ਡੀ ਐਸ ਪੀ ਨੂੰ ਨਾਲ ਲੈ ਕੇ ਗੁੰਡਾ ਖੜਕਾਇਆ ਉਹਦੇ ਨੇ ਵੀ ਬਹਾਨਾ ਲਾਤਾ ਵੀ ਬਿੱਟੂ ਘਰੇ ਨੀ ਬਿੱਟੂ ਘਰੇ ਨੀ ਤੁਹਾਡੇ ਵੇਲੇ ਵੀ ਲਾਤਾ ਲਾਇਆ ਉੱਥੇ ਚਲੋ ਫੇਰ ਭਾਈ ਉਹ ਡਿਪ ਸਾਹਿਬ ਨੇ ਆਪ ਫੋਨ ਕੀਤਾ ਦੂਜੇ ਲੈਂਡਲਾਈਨ ਫੋਨ ਵਾਲੇ ਸੀਗੇ ਨੰਬਰ ਲੈ ਲਿਆ ਤੇ ਉਹ ਉੱਥੇ ਆ ਗਿਆ ਆ ਕੇ ਦਫ਼ਤਰ ਉਹ ਕਹਿੰਦੇ ਕੀ ਗੱਲ ਹੈਗੀ ਪੁੱਛੇ ਆ ਕੇ ਕਹਿੰਦੇ ਯਾਰ ਆਹ ਬੰਦੇ ਨੂੰ ਮਿਲ ਸਾਡੇ ਨੂੰ ਪਾਣੀ ਦੋ ਗਲਾਸ ਪੀਤੇ ਪਾਣੀ ਬਾਹਰ ਨੂੰ ਕੱਢਿਆ ਕਹਿੰਦਾ ਜੀ ਬਹੁਤ ਜੋੜਨਾ ਕਹਿੰਦਾ ਜੀ ਜੋੜ ਲਓ ਕਿੱਥੇ ਜੋੜਨਾ ਨਹੀਂ ਜੋੜ ਲਓ ਜਿੱਥੇ ਜਾਣਦਾ ਤਾਂ ਹੈ ਨਹੀਂ ਆ ਵੀ ਥਾਣੇ ਫੋਨ ਆ ਜਵੇ ਅੰਬ ਉਹਦਾ ਦੋ ਦਿਨ ਨੀਂਦ ਨਹੀਂ ਉਹਨੇ ਜੋੜਨ ਵਾਸਤੇ ਕਹਿਤਾ ਵੀ ਜੋੜ ਲਓ ਜਿੱਥੇ ਜੋੜਨਾ ਬਹੁਤ ਜੋੜਤਾ ਰੁੜ ਕੇ ਬਹੁਤ ਡਰੇਨ ਚ ਜੋੜਨ ਵਾਸਤੇ ਹਮੀ ਭਰਤੀ ਆ ਲੈ ਲਿਆ ਬੱਚਾ ਭਜਦਾ ਸੀਗਾ ਦਿਲੋਂ ਕੋਲੇ ਰੁੜਕਾ ਦੁਆਬੇ ਖੇਡ ਲਾਉਣ ਗਿਆ ਤੇ ਜਿੱਦਣ ਸਾਡਾ ਨੰਬਰ ਬਣਿਆ ਸੀਗਾ ਉੱਥੇ ਨੀ ਸੀ ਗਏ ਜਦੋਂ ਇਹ ਘਰੇ ਗਿਆ ਨੀ ਕਿਤੇ ਉਹਨਾਂ ਨੂੰ ਮੱਖਣ ਹੋਣੀ ਸਰਪੀ ਹੋਣੀ ਉਹ ਇਹਦੇ ਬਹੁਤ ਸੰਭਾਲਦੇ ਜਾਦੇ ਤੇ
ਬਲਦ ਜੋੜਿਆ ਉੱਥੇ ਰੁੜ ਕੇ ਬਲਦ ਘੁੰਮ ਗਏ ਛੱਡਣ ਲੱਗੇ ਪਹਿਲਾਂ ਇਹਨੂੰ ਹੱਕ ਦਾ ਸੀ ਰੋਜ ਬਿੱਲਾ ਨਸਰਾਲੀ ਵਾਲਾ ਤੇ ਬਿੱਲੇ ਨੇ ਉਦੋਂ ਬਿਠਾ ਤਾ ਪਿਰਥੀ ਉਹਨੂੰ ਤਾਂ ਵਿਚਾਰ ਨੇ ਚੌ ਨਾ ਬਿਠਾਇਆ ਵੀ ਬਲਦ ਵਧੀਆ ਪਿਰਥੀ ਨੂੰ ਇਹਨਾਂ ਨੇ ਡਰਾਤਾ ਵੀ ਯਾਰ ਬਲਦ ਕੀ ਪਤਾ ਕਿਹੋ ਜਿਹਾ ਉਰੇ ਪਾਸੇ ਨਾ ਭੱਜੇ ਪਹਿਲਾਂ ਸਿੱਧਾ ਹੋਏ ਤੇ ਮਾੜਾ ਮੋਟਾ ਕਰੀ ਹੱਕੀ ਇਹਨੂੰ ਬਹੁਤ ਜਦੋਂ ਗੇੜਾ ਖਾ ਕੇ ਥੋੜੇ ਜਿਹੇ ਹੋਏ ਹਰ ਗਏ ਤੇ ਇਹਨਾਂ ਜਿੱਤ ਹੋਈ ਇਹਨਾਂ ਦੀ ਪੱਚੀ ਲੱਗੀ ਜਿਹੜਾ ਬਹੁਤ ਰੋਜ਼ ਪਹਿਲਾ ਨੰਬਰ ਕਰਦਾ ਸੀ ਉਹਦਾ ਪੰਦਰਵਾਂ ਵੀ ਨਹੀਂ ਬਣਿਆ ਉਹਦੀ ਤਾਂ ਪੱਟੀ ਉਹਦਾ ਤਾਂ ਚੱਲ ਕੀ ਹੋਣਾ ਸੀ ਤੁਹਾਡਾ ਹੋ ਗਿਆ ਵੀ ਅੱਜ ਪਹਿਲੇ ਵਾਲੇ ਨਾਲ ਜੋੜ ਕੇ ਪਹਿਲੇ ਵਾਲੇ ਨਾਲ ਜੋੜਿਆ ਸੀ ਕੁਛ ਵੀ ਨਹੀਂ ਬਣਿਆ ਕੀ ਹੋ ਗਿਆ ਉਹ ਚਲੋ ਜੀ ਸਾਡੀ ਇੱਕ ਤਾਂ ਹੁੰਦਾ ਬੰਦਾ ਦਿਲ ਛੱਡ ਜਾਂਦਾ ਹਨਾ ਬਹੁਤ ਘਰ ਨੂੰ ਆ ਗਿਆ ਮੈਂ ਉੱਧਰ ਨੂੰ ਗਿਆ ਮੈਂ ਫਿਰ ਇਹਨੂੰ ਸ਼ਾਮ ਨੂੰ ਜਾ ਕੇ ਮਿਲ ਲਿਆ ਕਿਹਨੂੰ ਜੀ ਬਿੱਟੂ ਨੂੰ ਪਹਿਲਾਂ ਤੱਕ ਵੀ ਏਡੀ ਗੱਲਬਾਤ ਵੀ ਨਹੀਂ ਸੀ ਹੋਈ ਉਹ ਪਰਲੇ ਪਾਸੇ ਟੇਢੇ ਵਾਲੇ ਕੋਲੇ ਢਾਬਾ ਇੱਕ ਤੇ ਦੋ ਚਾਰ ਵਾਰੀ ਫਿਰ ਉੱਥੇ ਬੈਠੇ ਹੌਲੀ ਹੌਲੀ ਪੁਲਿਸ ਵਾਲੀ ਮੁਲਾਕਾਤ ਹਾਂ ਵਧਾਈ ਵੀ ਕੋਈ ਗੱਲ ਨਹੀਂ ਹੈ ਨਾ ਹਾਰ ਜਿੱਤ ਦਾ ਕਰਮਾਂ ਦੀ ਗੱਲ ਆ ਫਿਰ ਉਦੋਂ ਬਾਅਦ ਖੇਡ ਆ ਗਈ ਨਾਰੰਗਾਲ 15 ਕੁ ਦਿਨਾਂ ਬਾਅਦ ਅੱਛਾ ਜੀ ਤੇ ਇਹਨੂੰ ਮੈਂ ਕਹਿੰਦਾ ਰਿਹਾ ਬਾਈ ਬਹੁਤ ਹਾਰ ਤਾਂ ਗਏ ਸਾਲੇ ਪਰ ਹਾਰਨ ਦੀ ਚਾਂਸ ਨਹੀਂ ਸੀ ਬਣਦਾ ਕੋਈ ਇੰਨਾ ਵਧੀਆ ਬਹੁਤ ਇਹਨੇ ਪਤਾ ਕਰ ਲਿਆ ਵੀ ਉਦੋਂ ਪਹਿਲਾਂ ਚੌਥਾ ਨੰਬਰ ਬਣ ਗਿਆ ਸੀ ਬਹੁਤ ਆ ਇਹ ਹਾਰ ਕਿਉਂ ਗਏ ਇੰਨਾ ਫਿਰ ਮੇਰਾ ਵੀ ਥੋੜਾ ਤੇ ਉਹ ਕਰਨ ਲੱਗ ਗਿਆ ਮੈਨੂੰ ਕਹਿੰਦਾ ਬਈ ਤੂੰ ਐ ਕਰੀ ਅੱਜ ਇਹਨੂੰ ਨਾ ਮੇਰੇ ਕਹੇ ਤੇ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਲਿਆਈ ਚਲੋ ਨਾਰੰਗਾਲ ਚਲੇ ਗਏ ਇਹਨਾਂ ਨੇ ਪਹਿਲਾਂ ਬਲਦ ਜੋੜਿਆ ਇੱਕ ਤੱਖਰ ਬਲਦ ਭਜਦਾ ਸੀਗਾ ਆਪਦੇ ਉਹਦੇ ਨਾਲ ਲੈ ਲਈਏ ਨਾਲ ਉਹਦੇ ਨਾਲ ਬਲਦ ਹਾਰ ਗਿਆ ਸੱਤਵਾਂ ਕੁ ਨੰਬਰ ਬਣਿਆ ਤੇ ਬਲਦ ਜਿੱਤਦੇ ਤੇ ਉਦੋਂ ਭੌਂਪੁਰੀਏ ਪੱਪੂ ਦਾ ਸਿੰਘ ਟੋਟਾ ਅੱਛਾ ਜੀ ਤੇ ਇੱਕ ਇਹ ਤੱਖਰ ਇੱਕ ਦਿੱਤੂਪੁਰੀਆ ਕਾਲਾ ਬਲਦ ਬਿੱਟੂ ਦਾ ਹਾਂ ਬਾਈ ਗੋਲੇ ਵਾਲਾ ਅੱਛਾ ਜੀ ਬੜਾ ਬਲਦ ਚਲੋ ਬਾਅਦ ਚੋ ਹੋਇਆ ਇੱਕ ਬਾਈ ਮਹਿੰਦਰ ਸਿੰਘ ਜਰਗੜੀ ਇਹਨਾਂ ਦੇ ਕੋਲੇ ਸੀਗਾ ਇਹਨਾਂ ਨੇ ਕੰਗਣਾਲ ਤੋਂ ਲਿਆ ਸੀ ਬੱਗੀਆ ਨਾ ਸਾਲਾ ਬਲਦ ਅੱਛਾ ਜੀ ਇਹ ਜਿੱਦੇ ਤੇ ਬਲਦ ਅੱਛਾ ਜੀ ਚਲੋ ਜੀ ਟਾਈਮ ਲੱਗਿਆ ਖੜਾ ਦਿੱਤੂਪੁਰੀਏ ਕਾਲੇ ਦਾ 26-01 ਅੱਛਾ ਜੀ ਬਾਅਦ ਚ ਇਹਦੇ ਕੋਲੇ ਆ ਗਿਆ ਬਿੱਟੂ ਦੇ ਕੋਲੇ ਮੈਂ ਖੜਾ ਬਿੱਟੂ ਦੇ ਕੋਲੇ ਆ ਗਿਆ ਪੱਪੂ ਉਹ ਕਹਿੰਦਾ ਵੀ ਬਲਦ ਹਰ ਗਏ ਤੇ ਬਲਦ ਆਪਾਂ ਕਿਹੜੇ ਬਲਦ ਆ ਕੇ ਨਾਂ ਲਿਆ ਨਾ ਬਡਾਲੀ ਦਾ ਕਹਿੰਦਾ ਬਡਾਲੀ ਬਲਦ ਵਿਹਲਾ ਖੜਾ ਬੱਚਾ ਛੋਟਾ ਬੱਟੀ ਬਡਾਲੀ ਭਜਦਾ ਸੀਗਾ ਅੱਛਾ ਜੀ ਉਹ ਵਿਹਲਾ ਖੜਾ ਆਪਾਂ ਉਹਦੇ ਨਾਲ ਬਲਦ ਜੋੜ ਦਈਏ ਅੱਛਾ ਜੀ ਉਹ ਕਹਿੰਦਾ ਚਲੋ ਦੇਖ ਲੈਂਦੇ ਫਿਰ ਖੜ ਜਾ ਮੈਂ ਤੈਨੂੰ ਦੱਸਦਾ ਕੋਲੇ ਮੈਂ ਖੜਾ ਸੀ ਮੈਂ ਉਹਦੀ ਗੱਲ ਜੀ ਸੁਣ ਕੇ ਮੈਂ ਕਿਹਾ ਬਲਦ ਉੱਥੋਂ ਪੱਟ ਦੂਗਾ ਤਾਂ ਫੇਰ ਮੁੜਨਾ ਪਊ ਇੱਥੋਂ ਉਹ ਮੈਂ ਕਿਹਾ ਬਾਈ ਬਲਦ ਪਿੰਡੋਂ ਆਇਆ ਖੜਾ ਸਾਰਾ ਟੱਬਰ ਆਇਆ ਹੋਇਆ 10-15 ਬੰਦੇ ਪਿੰਡੋਂ ਹੋਰ ਆਏ ਨੇ ਮੈਂ ਤਾਂ ਕਹਿਤਾ ਵੀ ਅੱਜ ਫੇਰ ਜੋੜਨਾ ਕੂਮ ਵਾਲਾ ਬਲਦ ਹੀ ਵੀ ਜੇ ਹੋਰ ਕੋਈ ਜੁੜ ਗਿਆ ਸਾਡੀ ਤਾਂ ਪੱਟੀ ਮਿਸ ਹੋਜੂ ਠੀਕ ਆ ਵੀ ਤੂੰ ਐਵੇਂ ਨਾ ਪੱਟੀ ਪੁੱਟੀ ਜਾ ਜੋੜ ਦੇ ਕੋਈ ਬਲਦ ਜੋੜ ਇੱਕ ਵਾਰੀ ਫੇਰ ਅੱਜ ਦੇਖੀ ਜਾਊਗੀ ਨਹੀਂ ਇਸ ਤੋਂ ਬਾਅਦ ਅਸੀਂ ਇਹਨਾਂ ਦੇ ਤਾਂ ਮੰਡੀ ਵੇਚ ਆਵਾਂਗੇ ਕਹਿੰਦਾ ਚੱਲ ਠੀਕ ਆ ਅੱਛਾ ਚਲੋ ਉਹਨੇ ਉਹਨੂੰ ਜਵਾਬ ਦੇਤਾ ਤੇ ਪੱਪੂ ਕਹਿੰਦਾ ਬਈ ਤੇਰੇ ਵੀ ਕੰਮ ਕਿਹੋ ਜਿਹੇ ਨੇ 3.5 ਲੱਖ ਰੁਪਈਆ ਲਾਇਆ ਬਲਦ ਕੋਈ ਦੇਖਿਆ ਨੀ ਪਤਾ ਨੀ ਬੀਪੁਰੀਆ ਕਿਹੜਾ ਕੋਲ ਹੀ ਮੈਂ ਕਹਿਣਾ ਪਤਾ ਨੀ ਬੀਪੁਰੀਆ ਕਿਹੜਾ ਬਲਦ ਆ ਚੱਲ ਤੇਰੀ ਮਰਜ਼ੀ ਆ ਜਿਹੋ ਜਿਹੇ ਮਰਜ਼ੀ ਜੋੜਨੇ ਜੋੜੀ ਚੱਲ ਚਲੋ ਭਾਈ ਅਸੀਂ ਲਾਸਟ ਹੀਟ 'ਚ ਫਿਰ ਇਹਨਾਂ ਨੂੰ ਲੈ ਗਏ ਅੱਛਾ ਲਾਸਟ 'ਚ ਲੈ ਕੇ ਗਏ ਜੋੜ ਕੇ ਛੱਡਿਆ ਪਿਰਥੀ ਉਹ ਫੇਰ ਬਿਠਾਇਆ ਪਿਰਥੀ ਨੂੰ ਪਰ ਇਹਨੇ ਪਤਾ ਨਹੀਂ ਹੁਣ ਕੀ ਕਿਹਾ ਉਦਣ ਵੀ ਮੈਨੂੰ ਨਹੀਂ ਪਤਾ ਬਲਦ ਹੱਕਣਾ ਬੰਦਿਆਂ ਵਾਂਗਾ ਪਿਰਥੀ ਨੇ ਉਦਣ ਛੱਡਣ ਸਾਰ ਹੀ ਜਾਂ ਲੈ ਲਈਏ ਬਲਦ ਦੇ ਚੋਕਾ ਲਾ ਤਾ ਸੋਨੀ ਨੇ ਯਾਰ ਸੁੱਖੀ ਨੇ ਛੱਡਿਆ ਸੀ ਇਹ ਜੋੜ ਕੇ ਅੱਛਾ ਜੀ ਮੇਰੇ ਬਹੁਤ ਨਜ਼ਦੀਕੀ ਨੇ ਸੋਨੀ ਯਾਰ ਸੁੱਖੀ ਜਰਗੜੀਆ ਇਹ ਸੋਨੀ ਸੁੱਖੀ ਜੰਡਾਲੀ ਹਾਂਜੀ ਹਾਂਜੀ ਇਹਨਾਂ ਨੇ ਹੀ ਛੱਡਿਆ ਜੋੜ ਕੇ ਮੈਂ ਕੋਲੇ ਖੜਾ ਸੀ ਅੱਛਾ ਇਹ ਜਦ ਉਹਦੇ ਲੱਗ ਗਿਆ ਪਹਿਲੇ ਉਹਦੇ 'ਚ ਲੱਗਿਆ ਚੋਕਾ ਲੈ ਲਈਏ ਬੱਚੇ ਦੇ ਸੋਨੀ ਕਹਿੰਦਾ ਵੀ ਬਣ ਗਿਆ ਕੰਮ ਬਣ ਗਿਆ ਕੰਮ ਜਦੋਂ ਜਾ ਕੇ ਉਧਰੋਂ ਟਾਈਮ ਬੋਲਿਆ ਕਹਿੰਦੇ ਚੱਕ ਤਾ ਘੜੇ ਤੋਂ ਕੌਲਾ ਠੀਕ ਆ ਟਾਈਮ ਲੱਗਿਆ 25-58 ਪਹਿਲਾ ਨੰਬਰ ਇਹ ਬਲਦ ਨੇ ਕੀਤਾ।